ਵਾਲਮੀਕਿ ਅੱਜ ਬਹੁਤ ਹੀ ਇੱਕ ਵਿਕਟ ਸਮੇਂ ਹੈ ਦੇਸ਼ ਕੇ ਲੀਏ ਕਿ ਜਬ ਦੇਸ਼ ਕੀ ਰਾਜਧਾਨੀ ਮੇਂ ਸਾਂਪ੍ਰਦਾਇਕ ਦੰਗੋਂ ਕੀ ਸ਼ੁਰੂਆਤ ਹੋ ਗਈ ਔਰ ਮੈਂ ਕਹਿਣਾ ਚਾਹਤਾ ਹੂੰ ਹਰ ਕਿਸੀ ਸੇ ਉਸਸੇ ਵੀ ਜੋ ਸੜਕ ਪਰ ਆਕਰੋਸ਼ ਮੇਂ ਹੈ ਉਸਸੇ ਵੀ ਜਿਸਕਾ ਪਰਿਵਾਰ ਹੌਸਪਿਟਲ ਮੇਂ ਹੈ ਉਨਸੇ ਵੀ ਜਿਨ੍ਹਾਂ ਨੇ ਕੋਈ ਆਪਣਾ ਖੋਇਆ ਹੈ ਇੱਕ ਬਾਤ ਕਹਿਣਾ ਚਾਹਤਾ ਹੂੰ ਕਿ ਦੰਗੇ ਕਭੀ ਵੀ ਕੌਮੇ ਨਹੀਂ ਕਰਦੀ ਜਾਤੀਏ ਨਹੀਂ ਕਰਦੀ ਦੰਗੇ ਹਮੇਸ਼ਾ ਰਾਜਨੀਤਿਕ ਲੋਕ ਜਬ ਤੱਕ ਉਕਸਾਏ ਨਾ ਔਰ ਰਾਜਨੀਤਿਕ ਲੋਕ ਹੀ ਉਸਕਾ ਲਾਭ ਉਠਾਤੇ ਬਾਕੀ ਲੋਕ ਉਸਕੀ ਪੀੜਾ ਬਰਸੋਂ ਤੱਕ ਭੋਗਤੇ ਹੈ ਇਹ ਬਾਤ ਹਮ ਉਸ ਵਕਤ ਭੁੱਲ ਜਾਤੇ ਹੈ ਜਬ ਜ਼ੋਰ ਜ਼ੋਰ ਸੇ ਨਾਰੇ ਲਗਨੇ ਲਗਤੇ ਹੈ ਔਰ ਉਨ ਨਾਰੋ ਕੀ ਗੂੰਜ ਮੇਂ ਹਮ ਬਹੁਤ ਸਾਰੇ ਵਿਸ਼ਿਓਂ ਕੋ ਬਹੁਤ ਸਾਰੀ ਚੀਖ ਪੁਕਾਰ ਕੋ ਹਮ ਭੁੱਲ ਜਾਤੇ ਹੈ ਮੇਰੀ ਪ੍ਰਾਰਥਨਾ ਹੈ ਆਜ ਦੇਸ਼ ਸੇ ਦੇਸ਼ ਕੇ ਸਾਰੇ ਸਮੁਦਾਯੋਂ ਸੇ ਕਿ ਜੈਸੇ ਬਹੁਤ ਸ਼ਾਂਤੀ ਸੇ ਦੇਸ਼ ਕੀ ਮਹਿਲਾਏ ਹਮਾਰੀ ਬੇਟੀਏ ਹਮਾਰੀ ਮਾਏ ਦੋ ਮਹੀਨੇ ਸੇ ਆਪਣੇ ਅੰਦੋਲਨ ਕੋ ਸ਼ਾਂਤੀਪੂਰਵਕ ਚਲਾ ਰਹੀ ਥੀ ਜੋ ਅਧਿਕਾਰ ਹੈ ਜਿਸਕੋ ਸੁਪਰੀਮ ਕੋਰਟ ਨੇ ਵੀ ਕਿਹਾ ਮਹਾਰਾਸ਼ਟਰ ਕੇ ਹਾਈ ਕੋਰਟ ਨੇ ਵੀ ਕਿਹਾ ਕਿ ਅਸਹਿਮਤੀ ਕਾ ਅਧਿਕਾਰ ਹੈ ਹਮ ਅਸਹਿਮਤੀ ਕਰ ਸਕਦੇ ਮਗਰ ਅਚਾਨਕ ਗੋਲੀ ਮਾਰੇ ਵਾਲੇ ਲੋਕ ਆਏ ਸਪੀਚ ਕਰਨੇ ਲੱਗੇ ਗੋਲੀ ਮਾਰੋ ਤੋ ਗੋਲੀ ਚਲ ਗਈ ਫਿਰ ਕਿਹਾ ਕਿ ਹਮ ਹਮਲਾ ਕਰ ਦੇਂਗੇ ਹਮਲਾ ਹੋ ਗਿਆ ਮਗਰ ਉਨਕਾ ਆਪਣਾ ਕੁਛ ਨਹੀਂ ਵਿਗੜੇ ਉਨਕਾ ਮੁਜ਼ੱਫਰਨਗਰ ਕੇ ਦੰਗੋਂ ਮੇਂ ਵੀ ਕੁਛ ਨਹੀਂ ਵਿਗੜਾ ਵੋ ਵਹਾਂ ਵਿਧਾਇਕ ਔਰ ਮੰਤਰੀ ਬਣ ਗਏ ਉਕਸਾਨੇ ਵਾਲੇ ਔਰ ਦਿੱਲੀ ਮੇਂ ਵੀ ਉਨਕਾ ਕੁਛ ਨਹੀਂ ਵਿਗੜੇਗਾ ਵਿਗੜੇਗਾ ਕਿਸਕਾ ਜੋ ਆਮ ਦੁਕਾਨਦਾਰ ਹੈ ਜੋ ਆਮ ਮਜ਼ਦੂਰ ਹੈ ਜੋ ਆਮ ਆਦਮੀ ਹੈ ਜਿਸਕੋ ਰਾਜਨੀਤੀ ਸੇ ਔਰ ਲਾਲ ਬੱਤੀਓਂ ਸੇ ਇਸ ਪਾਵਰ ਸੇ ਜਿਸਕੋ ਕੁਛ ਲੈਣਾ ਦੇਣਾ ਨਹੀਂ ਜੋ ਰੋਜ਼ ਪਿਸਤਾ ਹੈ ਜੋ ਰੋਜ਼ ਅਖਬਾਰ ਮੇਂ ਪੜ੍ਹਤਾ ਹੈ ਕਿ ਸਿਲੰਡਰ ਕਾ ਦਾਮ ਕਿਆ ਹੋ ਗਿਆ ਹੈ ਜੋ ਉਸਕੋ ਲੈ ਕੇ ਔਰ ਉਸਮੇਂ ਕੋਈ ਭੇਦ ਨਹੀਂ ਹੁੰਦਾ ਕਿ ਕੌਮ ਕਿਸ ਜਾਤੀ ਕਾ ਹੈ ਜੋ ਰੋਜ਼ ਇਸ ਚਿੰਤਾ ਮੇਂ ਹੋਤਾ ਹੈ ਕਿ ਮੇਰੇ ਬੱਚੇ ਕਾ ਦਾਖਲਾ ਕਿਸੀ ਅੱਛੇ ਸਕੂਲ ਮੇਂ ਹੋ ਜਾਏ ਔਰ ਅਚਾਨਕ ਇਨ ਸਭ ਵਿਸ਼ਿਓਂ ਕੋ ਹਮ ਭੁੱਲ ਕਰ ਆਪਸ ਮੇਂ ਜੋ ਪੜੋਸੀ ਹੈ ਪਿਛਲੇ 30 ਸਾਲ ਸੇ 40 ਸਾਲ ਸੇ ਜਿਸਕੇ ਸਾਥ ਬੈਠ ਕੇ ਚਾਏ ਵੀ ਪੀ ਹੋਗੀ ਜਿਸਕੀ ਬੇਟੀ ਕੇ ਸ਼ਾਦੀ ਮੇਂ ਨਿਕਾਹ ਮੇਂ ਵੀ ਹਮ ਸ਼ਾਮਲ ਹੋਏ ਹੋਂਗੇ ਅਚਾਨਕ ਹਮ ਉਸੇ ਆਪਣਾ ਦੁਸ਼ਮਨ ਸਮਝਣੇ ਲਗਤੇ ਹੈ ਵੋ ਦੁਸ਼ਮਨ ਨਹੀਂ ਹੈ ਹਮ ਦੁਸ਼ਮਨ ਕੋ ਪਹਿਚਾਨ ਨਹੀਂ ਰਹੇ ਕਿ ਦੁਸ਼ਮਨ ਕੌਣ ਹੈ ਜੋ ਉਕਸਾ ਕਰ ਚਲਾ ਜਾਤਾ ਹੈ ਤੋ ਮੇਰੀ ਅਪੀਲ ਹੈ ਆਪ ਸਭ ਲੋਗੋਂ ਸੇ ਕਿ ਇਹ ਦੇਸ਼ ਹਮੇਸ਼ਾ ਸ਼ਾਂਤ ਰਹਾ ਹੈ ਹਮੇਸ਼ਾ ਸੇ ਇਸ ਦੇਸ਼ ਨੇ ਆਪਣੀ ਏਕਤਾ ਬਣਾ ਕੇ ਰੱਖੀ ਹੈ ਔਰ ਬਾਹਰੀ ਹਮਲਾਵਰੋਂ ਕੋ ਮੂੰਹ ਤੋੜ ਜਵਾਬ ਦਿਆ ਹੈ ਔਰ ਆਜ ਅਗਰ ਹਮ ਲੜੇਂਗੇ ਤੋ ਬਾਹਰੀ ਹਮਲਾਵਰ ਜ਼ਿਆਦਾ ਉਸਕਾ ਲਾਭ ਉਠਾਏਂਗੇ ਔਰ ਅੰਦਰ ਕੇ ਵੋ ਚੂਹੇ ਵੀ ਵੋ ਚੂਹੇ ਹੈ ਜੋ ਬਾਤ ਕਹਤੇ ਹੈ ਫਿਰ ਆਪਣੀ ਸਿਕਿਉਰਿਟੀ ਮੇਂ ਭਾਗ ਜਾਤੇ ਹੈ ਸਿਕਿਉਰਿਟੀ ਕੇ ਪੀਛੇ ਛੁਪ ਜਾਤੇ ਹੈ ਤੋ ਵੋ ਉਸਕਾ ਲਾਭ ਉਠਾਏਂਗੇ ਮੇਰੀ ਅਪੀਲ ਹੈ ਕਿ ਜਲਦ ਸੇ ਜਲਦ ਚਾਹੇ ਹਮੇ ਕਿਤਨੀ ਵੀ ਪੀੜਾ ਹੋਈ ਹੋ ਹਮਨੇ ਕਿਤਨਾ ਵੀ ਦੁੱਖ ਭੋਗਾ ਹੋ ਇਨ ਦੋ ਦਿਨੋਂ ਮੇਂ ਉਸਕੋ ਭੁੱਲ ਕਰ ਸ਼ਾਂਤੀ ਕਾਇਮ ਕਰਨੇ ਕੀ ਤਰਫ ਆਪਣਾ ਕਦਮ ਬਣਾਏ ਜੈ ਵਾਲਮੀਕਿ।